ਹਾਂ ਗਵਰਨਮੈਂਟ ਦੇ ਵੀ ਸ਼ੁਕਰੀਆ ਗੁਜ਼ਾਰ ਹੈ ਔਰ ਇਹ ਰੋਡ ਤਿਆਰ ਪਿਕ ਰਹਿੰਦੀ ਹੈ ਦੇਖੋ ਹੁਣ ਦੇਖੋ ਇਹ ਹਾਲਾਤ ਦੇ ਵਿੱਚ ਸਾਰੀਆਂ ਔਰਤਾਂ ਸਾਰੇ ਬੱਚੇ ਕਿਤਨਾ ਮੁਸ਼ਕਲਾਂ ਦੇ ਨਾਲ ਗੁਜ਼ਰਦੇ ਹੋ ਸਨ ਤੁਸੀਂ ਦੇਖੋ ਅਫਸੋਸ ਕਿ ਅਸਾਂ ਇਨਸਾਨ ਵੀ ਜਾਨਵਰਾਂ ਦੀ ਤਰ੍ਹਾਂ ਜ਼ਿੰਦਗੀ ਗੁਜ਼ਰਦੇ ਪੈਸੇ ਛੋਟੇ ਛੋਟੇ ਬਾਲ ਲਾਜ਼ਮੀ ਹੈ ਕਿ ਇਹਦਾ ਕੰਮ ਹੋ ਸੀ ਬਿਮਾਰੀ ਹੋ ਸੀ ਸੌਦਾ ਸੂਦ ਹੋ ਸੀ ਸ਼ਾਹਰ ਹੀ ਹੋਏ ਕੌਮ ਸੰਗਤ ਕਿਆ ਹਾਲ ਹੈ ਠੀਕ ਹੋ ਖਰੀਆ ਤੇ ਫਿੱਟ ਹੋ ਦੇਸ਼ ਪ੍ਰਦੇਸ਼ ਦੀ ਸੰਗਤ ਖੁਸ਼ ਪੈ ਵਸੋ ਪਾਕਿਸਤਾਨ ਦੇ ਹਰ ਇਲਾਕੇ ਤੇ ਹਰ ਸ਼ਹਿਰ ਦੇ ਵਿੱਚ ਬਾਰਿਸ਼ਾਂ ਥੀਆਂ ਪੈਣ ਅਲਹਮਦੁਲਿਲਾ ਅੱਲਾ ਪਾਕ ਦਾ ਸ਼ੁਕਰ ਹੈ ਤੇ ਲੋਕ ਵੀ ਖੁਸ਼ ਨਹੀਂ ਹਾਲ ਹਨ ਜਾਨਵਰ ਇਨਸਾਨ ਪਰਿੰਦੇ 18,000 ਮਖਲੂਕਾਤ ਬਾਰਿਸ਼ ਦੇ ਨਾਲ ਖੁਸ਼ ਥੀਏ ਤਾਂ ਖੂਬਸੂਰਤ ਮਾਹੌਲ ਹੈ ਇਹ ਨਦੀ ਮਿਠਾਵਣ ਚੋਟੀ ਬਾਲਾ ਦੇ ਤਲੋ ਮੈਂ ਖੜਾ ਥਿਆ ਤੇ ਬਾਲ ਬਲੋੜੇ ਧੰਦੇ ਵੀ ਪੈਣ ਤੇ ਮੌਸਮ ਇੰਜੋਏ ਵੀ ਕਰਦੇ ਪੈਣ ਤੇਰੇ ਨਾਲ ਸਾਰਾ ਸਾਰਾ ਮਾਹੌਲ ਸ਼ੇਅਰ ਕਰਦੇ ਸੀ ਹਾਂ ਔਰੰਗ ਕਿੱਡੇ ਮੈਂ ਪਈ ਹੈ ਕੁਝ ਮਾਹੌਲ ਦੇ ਬਾਰੇ ਸਗੋਂ ਦੱਸ ਸਹੀ ਮਿਠਾਵਣ ਦੇ ਬਾਰੇ ਕਿਆ ਹਾਲ ਚਾਲ ਹੈ ਸ਼ੁਕਰੀਆ ਅਦਾ ਕਰੋ ਘੱਟ ਹੈ ਅੱਲਾਹ ਮੋਟਾ ਡੇ ਹਾਲ ਧੰਦੇ ਪਿਓ ਚਸ ਚੰਨੇ ਪਿਓ ਹੇ ਮਾਹੌਲ ਹੇ ਮਾਹੌਲ ਹਾਂ ਚਾਚਾ ਡਾਡਾ ਦਾ ਆਖਰੀ ਹੈ ਮਾਹੌਲ ਖੈਰ ਰਫੀਕ ਖਾਨ ਖੁਸ਼ ਤਕੜਾ ਫਿੱਟ ਅਮਨ ਖੈਰ ਉਸਤਾਦ ਤਲਬ ਠੀਕ ਹੀ ਖੁਸ਼ੀ ਫਿੱਟਿੰਗ ਇਹ ਮੈਂ ਚਾਸ ਚਾਹੁੰਦਾ ਵਧੂ ਨਾਏ ਦੀ ਕਿਆ ਕਰੂੰ ਉਹ ਲਿਖਿਆ ਪਿਆ ਵੀਡੀਓ ਪੂਰੀ ਦੇਖ ਸੋ ਨਾਏ ਦਾ ਜ਼ਬਰਦਸਤ ਸੀਨ ਹੈ ਤੁਸੀਂ ਮੇਰੇ ਨਾਲ ਨਾਲ ਆਓ ਮਾਹੌਲ ਹੈ ਚਾਸ ਦਾ ਮਰਗਾ ਚਸਾਂ ਚਾਹੁੰਦੇ ਵਧੂ ਦੁਆ ਮੰਗੋ ਇਵੇਂ ਬਾਰਿਸ਼ਾਂ ਥੀ ਮੈਂ ਅਸਾਂ ਵੀ ਖੁਸ਼ ਥੀ ਹੂੰ ਤਾਂ ਸਾਰੀ ਮਖਲੂਕਾਤ ਅੱਲਾ ਦੀ ਖੁਸ਼ ਥੀ ਇਹਦੇ ਕੋਲ ਨਿਤਰੇ ਬਾਲ ਬਲੋੜੇ ਖੁਸ਼ ਤਾਂ ਇੱਕ ਦਿਨ ਧੰਦੇ ਹੋਣ ਜੀ ਕੋ ਕਰ ਬੁਲੰਦ ਇਤਨਾ ਖੁਦਾ ਖੁਦ ਪੁੱਛੇ ਬੰਦੇ ਸੇ ਬਤਾ ਤੇਰੀ ਰਜ਼ਾ ਕਿਆ ਲੇਕਿਨ ਅੱਲਾਹ ਅਸਾਕੂ ਵੀ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਇਤਨਾ ਸਾਲ ਬਾਰਿਸ਼ਾਂ ਨਹੀਂ ਥੀਆਂ ਹੁਣ ਬਾਰਿਸ਼ਾਂ ਪਿਆ ਥੀਆਂ ਅਤੇ ਸਾਕੂ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਕਿਉਂਕਿ ਸਾਰਾ ਜਿਹੜਾ ਇਲਾਕਾ ਹੈ ਨਾ ਬਾਰਿਸ਼ੀ ਪਾਣੀ ਦੇ ਨਾਲ ਔਰ ਪਹਾੜੀ ਇਲਾਕਾ ਹੈ ਅਤੇ ਖੂਬਸੂਰਤ ਲੱਗਦੇ ਖੂਬਸੂਰਤ ਹੀ ਲੱਗਦੇ ਅਤੇ ਸਾਡੇ ਰੋਜ਼ੀ ਦਾ ਵਸਾਇਲਾ ਵੀ ਇਹ ਬਾਰਿਸ਼ੀ ਪਾਣੀ ਦੇ ਨਾਲ ਹੁੰਦਾ ਮਾਲ ਮਵੇਸ਼ੀ ਫਸਲ ਸਾਰਾ ਕੁਝ ਵੀ ਆ ਪਾਣੀ ਨਹਿਰਾਂ ਦਿੱਤਾ ਹੈ ਕੋਈ ਨਾ ਗੁਦਾ ਇਹ ਸਾਵੇ ਪੀਲੇ ਪਹਾੜ ਸਖੀ ਦਾ ਮੇਲਾ ਹਾਏ 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 ਚਸ ਆ ਚਸ ਹੈ ਹਾਂ ਔਰ ਨਾਲ ਹੀ ਮੈਂ ਚਸ ਚਾਹੋ ਅੱਜ ਧੰਦੇ ਪਿਉਂ ਲੁੜਦੂ ਸਿੱਧਾ ਤੇਰਾ ਵਾਲੀ ਪੁੱਲ ਤੇ ਕਾਲ ਕਰਾਏ ਕਿਤੇ ਖੱਡਾ ਨਾ ਹੋਵੇ ਖਿਆਲ ਕਰਾਏ ਔਰੰਗ ਉੱਥਾਂ ਮਾਹੌਲ ਸਹੀ ਨਹੀਂ ਵਧਾ ਪਾਣੀ ਹੈ ਧੰਦੇ ਪਾਣੀ ਉੱਤਾਂ ਮੋਟਰਸਾਈਕਲ ਗੁਜ਼ਰਦੇ ਪੈਣ ਦੋਸਤੋ ਅੱਜ ਗਫਾ ਖਾਨ ਲਾਏ ਹੋਏ ਹੈ ਨਾਇਮ ਮਿਠਾਵਣ ਤੇ ਇੱਕ ਛੋਟੀ ਬਾਲਾ ਦੀ ਮਸ਼ਹੂਰ ਨਦੀ ਹੈ ਨਾਇਮ ਮਿਠਾਵਣ ਕੁਤਰਾਏ ਨਹੀਂ ਲੱਗਦੇ ਛੋਟੀ ਦਿਨ ਹੈ ਰਾਖੀ ਦਿਨ ਹੈ ਅਤੇ ਮਿਠਾਵਣ ਕੋ ਸੁਲਮਾਨ ਦੇ ਅਕਸਰਾ ਪਹਾੜੇ ਦਾ ਪਾਣੀ ਹੀ ਦੇ ਵਿੱਚ ਅੰਦਰ ਕੋੜ ਮੰਡਰੂ ਕਨੇ ਖੇਨ ਕੇ ਯਕ ਬਾਈ ਦਾ ਬਾਰਿਸ਼ ਨਾ ਸਿਲਸਿਲਾ ਜਾਰੀ ਹੈ ਪਹਾੜ ਨੇ ਉੱਤੇ ਬਾਦਲ ਵੀ ਹਨ ਔਰ ਪਹਾੜ ਦੇ ਕਿਤੇ ਨਾ ਕਿਤੇ ਕੋ ਸੁਲਮਾਨ ਦੇ ਪਹਾੜ ਨੇ ਉੱਤੇ ਬਾਰੇ ਕੀ ਟਾਈਮ ਵੀ ਕਿਤੇ ਨਾ ਕਿਤੇ ਫੇਰ ਥੋੜੀ ਥੀਂਦੀ ਖੜੀ ਹੈ ਮਾਸ਼ਾਅੱਲਾ ਮਿਠਾਵਣ ਚੋਟ ਜ਼ਰੀਨ ਦੇ ਇਲਾ
ਅਖਰ ਮਾਰ ਤੱਕ ਇਹਨਾਂ ਨੇ ਬੱਲੇ ਸਾਰੀਆਂ ਚੀਜ਼ਾਂ ਤਾਂ ਦੱਸਾਂ ਜਿਹੜੇ ਵੇਲੇ ਮਿਠਾਵਣ ਨਦੀ ਹੁੰਦੀ ਹੈ ਨਾ ਆਵਾਮ ਕੋ ਬਹੁ ਮੁਸ਼ਕਲਾਂ ਦਾ ਸਾਹਮਣਾ ਥੀਂਦੇ ਕਿਉਂਕਿ ਜਿਹੜਾ ਚੋਟੀ ਬਾਲਾ ਕਨੇ ਰੋਡ ਵੇਂਦਾ ਪਏ ਸਾਗੂ ਜ਼ਿਲ੍ਹਾ ਰਾਜਨਪੁਰ ਦੇ ਨਾਲ ਟੱਚ ਕਰਨੇ ਜਿਹਦੀ ਜ਼ਿਲ੍ਹਾ ਰਾਜਨਪੁਰ ਦੀ ਅੱਧੀ ਆਬਾਦੀ ਚੋਟੀ ਬਾਲਾ ਸ਼ਹਿਰ ਆ ਕਿ ਆਪਣੇ ਸੌਦਾ ਸਮਾਨ ਆ ਕੇ ਗਿੰਦਣ ਅਤੇ ਇੱਥਾਂ ਜਿਹੜੀ ਨਦੀ ਵਾਂਦੀ ਹੈ ਤਕਰੀਬਨ 1.5 ਕਿਲੋਮੀਟਰ ਨਦੀ ਹੈ 1.5 ਕਿਲੋਮੀਟਰ ਨਦੀ ਜਿਹੜੇ ਬਾਰਿਸ਼ਾਂ ਦਾ ਸਿਲਸਿਲਾ ਕੋ ਸੁਲਮਾਨ 'ਤੇ ਥੀ ਵੇ ਅਤੇ ਮਹੀਨੇ ਦੇ ਮਹੀਨੇ ਚੱਲਦੀ ਰਹਿ ਵੇਂਦੀ ਹੈ ਜਿਹੜੇ ਪਾਰਲੀ ਕੰਧੀ ਵਾਲੇ ਲੋਕ ਹੋਣ ਉਹ ਜਿਹੜਾ ਨਹੀਂ ਇਹਦੇ ਸ਼ਹਿਰ ਨਹੀਂ ਆ ਸਕਦੇ ਸੌਦਾ ਸੂਦ ਵਾਸਤੇ ਬਿਮਾਰੀ ਵਾਸਤੇ ਜਾਂ ਕਈ ਬੇਮਸਲੇ ਵਾਸਤੇ ਲੇਕਿਨ ਹੁਣ ਤੱਕ ਮੈਂ ਦੇਖਣਾ ਤਾਂ ਕਿ ਕਿੰਨਾ ਮੁਸ਼ਕਲਾਂ ਦੇ ਨਾਲ ਇਹ ਬਜ਼ੁਰਗ ਗੁਜ਼ਰਦੇ ਪੈਣ ਅਤੇ ਤੁਸੀਂ ਦੇਦੇ ਪਾਓ ਸੋ ਅਤੇ ਇੱਡੋ ਇੱਕ ਛੂਆਰ ਮੋਟਰਸਾਈਕਲ ਸਿੱਖੀ ਜਾਂਦੇ ਬਹੁ ਮੁਸ਼ਕਲਾਂ ਦੇ ਨਾਲ ਅਤੇ ਗੁਜ਼ਰਦਾ ਪਏ ਅਤੇ ਇੱਥਾਂ ਇੱਕ ਪੁੱਲ ਅਗਰ ਪਾ ਵਿੰਨੇ ਨਾ ਚੋਟੀ ਬਾਲਾ ਕਿ ਤਾਹਲੇ ਵਾਲੇ ਰੋਡ ਤੱਕ ਤਾਂ ਆਵਾਮ ਦਾ ਜਿਹੜਾ ਮੁਸ਼ਕਲਾਂ ਹੈ ਨਾ ਉਹਦੇ ਵਿੱਚ ਬਹੁ ਕਮੀ ਥੀ ਵੇ ਸੀ ਔਰ ਆਸਾਨੀ ਪੈਦਾ ਥੀ ਵੇ ਸੀ ਕਿਉਂਕਿ ਕਾਫੀ ਲੋਕ ਫੌਤ ਵੀ ਥੀ ਵੇਂਦਨ ਔਰ ਕਿੰਨੇ ਲੋਕ ਕਹਿੰਦੇ ਬਗੈਰ ਜਨਾਜ਼ੇ ਦੇ ਵੀ ਦਫਨਾ ਦਿੱਤਾ ਵੇਂਦੇ ਕਿਉਂਕਿ ਸ਼ਹਿਰ ਆਬਾਦੀ ਰਹੀ ਹੈ ਜਿਹੜੇ ਵੇਲੇ ਮੌਲੀ ਆਲਮ ਜਾਂ ਲੋਕ ਨਾ ਵੇਸਣ ਤਾਂ ਵੱਲ ਪਿੱਛੇ ਬਹੁ ਮੁਸ਼ਕਲਾਂ ਥੀਂਦੀਆਂ ਬਹੁ ਲੇਕਿਨ ਇੱਥਾ ਪੁੱਲ ਦਾ ਹੋਣ ਲਾਜ਼ਮੀ ਹੈ ਔਰ ਕਿਵੇਂ ਕਹਿਣਾ 1.5 ਕਿਲੋਮੀਟਰ ਦਾ ਪੇਟਾ ਹੈ ਤੁਹਾਡੇ ਸਾਹਮਣੇ 1.5 ਕਿਲੋਮੀਟਰ ਦਾ ਇਹਦਾ ਦਰਮਿਆਨੀ ਫਾਸਲਾ ਹੈ ਇਹ ਇਲਾਕੇ ਵਾਸਤੇ ਪੁੱਲ ਬਹੁਤ ਜ਼ਰੂਰੀ ਹੈ ਔਰ ਇਹ 50 ਹਜ਼ਾਰ ਲੋਕ ਵਾਸਤੇ ਕਿਉਂਕਿ ਇਹਨਾਂ ਵਾਸਤੇ ਮੁਸ਼ਕਲਾਂ ਥੀਂਦੀ ਹੈ ਦੂਰ ਤਰ੍ਹਾਂ ਤਰ੍ਹਾਂ ਜਵਾਰ ਨਦੀ ਚੱਲਦੀ ਰਹਿ ਵੇਂਦੀ ਹੈ ਜਿਹਦੀ ਵਜ੍ਹਾ ਕਨੇ ਲੋਕਾਂ ਕੋ ਮੁਸ਼ਕਲਾਂ ਦਾ ਸਾਹਮਣਾ ਥੀਂਦੇ ਗਲਤੀ ਥੀ ਗਿਆ ਹੜਨ ਥੀ ਗਿਆ ਉਸ ਬਹੁਤ ਸਾਰਾ ਅੱਧਾ ਰਾਜਨਪੁਰ ਰਾਜਨਪੁਰ ਥੀ ਜਾਂਦੇ ਔਰ ਇੰਨੇ 193 ਔਰ ਇਹ ਹਲਕੇ ਕੋ ਟੱਚ ਥੀਂਦੇ ਜਿਹੜਾ ਜੋ ਰੋਜ਼ ਹਰ ਰੋਜ਼ ਸਰਦਾਰ ਅਵੇਜ਼ ਲਿਗਾਰੀ ਦਾ ਬੇਟਾ ਅਮਾਰ ਖਾਂ ਉਹ ਵੀ ਰਹੇ ਉਹ ਟੱਪ ਦੇ ਉਹ ਵੀ ਦਰਖਾਸਤ ਦਿੱਤੀ ਸੀ ਉਹਦੀ ਗੁਜ਼ਾਰਿਸ਼ ਸੱਚੀ ਸੀ ਔਰ ਉਹ ਦਰਖਾਸਤ ਵੀ ਦਿੱਤੀ ਸੀ ਜੋ ਇਹ ਮਸਲਾ ਸਾਡਾ ਪੂਰੇ ਇਲਾਕੇ ਦਾ ਮਸਲਾ ਹੈ ਔਰ ਇਹ ਇਹੋ ਮਸਲਾ ਸਾਡਾ ਹੱਲ ਕਰ ਪੁੱਲ ਦੇ ਨਾਲ ਚੋਟੀ ਬਾਲਾ ਦੀ ਆਵਾਮ ਵੀ ਖੁਸ਼ਹਾਲ ਦੀ ਵੀ ਸੀ ਰੁਜ਼ਗਾਰ ਵਿੱਚ ਵੀ ਫਾਇਦਾ ਸੀ ਇਹ ਬਹੁਤ ਸਾਰਾ ਵੱਡਾ ਫਾਇਦਾ ਹੈ ਪੂਰੇ ਇਲਾਕੇ ਸਾਡੇ ਵਾਸਤੇ ਵੱਡਾ ਫਾਇਦਾ ਹੈ ਔਰ ਇਹਦੇ ਪੁੱਲ ਵਧਣ ਨਾਲ ਸੀ ਆਬਾਦੀ ਦਾ ਜ਼ਿਆਦਾ ਆਮਦੋ ਰਫਤ ਇਹਦਾ ਹੋਈ ਥੀ ਸੀ ਕਿਉਂਕਿ ਸਰਵਰ ਦਾ ਕਾਰਪੇਟ ਰੋਡ ਵੱਧਦਾ ਪਏ ਔਰ ਅਸਾਂ ਗਵਰਨਮੈਂਟ ਦੇ ਵੀ ਸ਼ੁਕਰੇ ਗੁਜ਼ਾਰ ਹੈ ਔਰ ਇਹ ਰੋਡ ਤਿਆਰ ਵੀ ਕਰਦੀ ਹੈ ਦੇਖੋ ਹੁਣ ਦੇਖੋ ਇਹ ਹਾਲਾਤ ਦੇ ਵਿੱਚ ਸਾਰੀਆਂ ਔਰਤਾਂ ਸਾਰੇ ਬੱਚੇ ਕਿੰਨਾ ਮੁਸ਼ਕਲਾਂ ਦੇ ਨਾਲ ਗੁਜ਼ਰਦੇ ਹੋ ਸਨ ਤੁਸੀਂ ਦੇਖੋ ਅਫਸੋਸ ਕਿ ਅਸਾਂ ਇਨਸਾਨ ਵੀ ਜਾਨਵਰਾਂ ਦੇ ਤਰ੍ਹਾਂ ਜ਼ਿੰਦਗੀ ਗੁਜ਼ਰਦੇ ਪੈਸੇ ਛੋਟੇ ਛੋਟੇ ਬਾਲ ਲਾਜ਼ਮੀ ਹੈ ਕਿ ਇਹਦਾ ਕੰਮ ਹੋ ਸੀ ਬਿਮਾਰੀ ਹੋ ਸੀ ਸੌਦਾ ਸੂਦ ਹੋ ਸੀ ਸ਼ਹਿਰ ਹੀ ਹੋਏ ਆਮਣੇ ਪੁੱਲ ਨਾ ਆਉਣ ਦੀ ਵਜ੍ਹਾ ਕਿ ਆਵਾਮ ਬਹੁਤ ਮੁਸ਼ਕਲਾਂ ਦਾ ਸਾਹਮਣੇ ਦੇ ਨਾਲ ਇਹ ਤਾਂ ਕੁਝ ਦੋਸਤ ਅਸਾਂ ਖੜ੍ਹੇ ਆਸੇ ਤਾਂ ਮੋਟਰਸਾਈਕਲ ਲੰਘਵਾ ਉਹਨਾਂ ਦਾ ਇਕੱਲਾ ਬੰਦਾ ਸ਼ੁਦਾ ਪਰਲੀ ਕਹਿੰਦੀ ਬਹਿ ਬਹਿ ਕਿ ਵੱਲ ਵਜੇ ਸ਼ਾਮ ਦਾ